ਹਾਂਜੀ ਨਮਸਕਾਰ ਦੋਸਤੋ, ਕੀ ਹਾਲ ਚਾਲ ਨੇ। ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ 'ਤੇ ਸਾਗਰ ਜੀ ਬਲੌਗਸ। ਹਰ ਹਰ ਮਹਾਦੇਵ, ਬੰਮ ਬੰਮ ਬੋਲੇ ਅਤੇ ਹੰਸਰਾਜ ਰਘੁਵੰਸ਼ੀ ਜੀ ਨੇ ਆਪਣੇ ਦੂਜੇ ਚੈਨਲ 'ਤੇ ਬਾਬਾ ਮਿਊਜ਼ਿਕ 'ਤੇ ਬੰਮ ਬੰਮ ਬੋਲੇ ਇੱਕ ਅੱਜ ਕੱਢੀ ਹੋਈ ਆ ਇਹਨਾਂ ਨੇ ਭੇਟ, ਅਤੇ ਉਹਦੇ ਉੱਤੇ ਦੇਖਦੇ ਹਾਂ ਕਿ ਕੀ ਕਹਿੰਦੇ ਆ। ਪਹਿਲਾਂ ਤੁਸੀਂ ਸੁਣੋ ਅਤੇ ਪਹਿਲਾਂ ਹੰਸ ਰਾਜ ਰਘੁਵੰਸ਼ੀ ਜੀ ਨੂੰ ਕੋਟੀ ਕੋਟੀ ਪ੍ਰਣਾਮ ਕਰੋ ਬਾਬਾ ਜੀ ਨੂੰ। ਹੁਣ ਸੁਣਦੇ ਆ ਜੀ ਕਿ ਕੀ ਕਹਿ ਰਹੇ ਨੇ ਆਪਣੇ ਹੰਸ ਰਾਜ ਰਘੁਵੰਸ਼ੀ ਬਾਬਾ ਜੀ, ਸੁਣੋ। ਦੇਖੋ ਜੀ, ਅਸੀਂ ਚਾਹੁੰਦੇ ਹਾਂ ਸਾਨੂੰ ਕੋਈ ਪੈਸਾ ਦਿਓ, ਸਾਨੂੰ ਕੋਈ ਦੁੱਖ ਨਾ ਰਹੇ, ਸਾਡੇ ਸਰੀਰ ਨੂੰ ਕੋਈ ਦੁੱਖ ਨਾ ਰਹੇ, ਤਾਂ ਅਸੀਂ ਇੱਦਾਂ ਚੀਜ਼ਾਂ ਜੋ ਚਾਹੁੰਦੇ ਹਾਂ ਨਾ, ਇਹ ਉਸ ਚੀਜ਼ ਉੱਤੇ ਬਣਾਈ ਗਈ ਆ। ਹੰਸ ਰਾਜ ਰਘੁਵੰਸ਼ੀ ਜੀ ਕੀ ਕਹਿ ਰਹੇ ਨੇ, ਸਭ ਕੁਝ ਮੋਹ ਮਾਇਆ ਝੂਠੀ ਆ, ਚਾਰ ਦਿਨ ਦੀ ਜ਼ਿੰਦਗੀ ਤੁਹਾਨੂੰ ਮਿਲੀ ਆ, ਠੀਕ ਹੈ ਜੀ। ਅਤੇ ਬੰਮ ਬੰਮ ਬੋਲੇ ਤੇਰਾ ਡਮਰੂ ਜਿਹੜਾ ਤਿੰਨ ਲੋਕੋਂ ਮੇਂ ਡੋਲੇ, ਠੀਕ ਹੈ ਜੀ। ਅਤੇ ਬੰਮ ਬੰਮ ਬੋਲੇ ਭੋਲੇ ਸ਼ੰਕਰ ਜਿਹੜਾ ਡਮਰੂ ਆ, ਤਿੰਨੋਂ ਲੋਕ ਵਿੱਚ ਡਮ ਡਮ ਡਮਰੂ ਭੋਲੇ ਸ਼ੰਕਰ ਜਿਹੜਾ ਹੈਗਾ ਆ, ਡਮਰੂ ਕਰ ਰਿਹਾ ਆ, ਡਮਰੂ ਵੱਜ ਰਿਹਾ ਆ। ਅਤੇ ਜੋ ਵੀ ਹੈਗੀ ਉਹਨਾਂ ਦੀ ਗੱਲਬਾਤ ਆ, ਤੁਹਾਨੂੰ ਸਭ ਪਤਾ ਹੀ ਆ ਕਿ ਤਿੰਨ ਲੋਕ ਦੇ ਮਾਲਕ ਭੋਲੇ ਸ਼ੰਕਰ ਜੀ ਦੀ ਕਿਰਪਾ ਜਿੱਥੇ ਹੋ ਜੇ। ਤਾਂ ਬਾਬਾ ਜੀ ਇਹੀ ਸਮਝਾ ਰਹੇ ਨੇ ਕਿ ਪ੍ਰਭੂ ਜੀ ਮੇਰੀ ਅਰਜ਼ੀ ਤੁਹਾਡੇ ਅੱਗੇ ਲੱਗੀ ਹੋਈ ਆ, ਸੁਣ ਲਓ ਮੇਰੀ ਫਰਿਆਦ, ਮੇਰੀ ਅਰਜ਼ੀ ਕਬੂਲ ਕਰ ਲਓ, ਮੇਰੀ ਅਰਜ਼ੀ ਸਵੀਕਾਰ ਕਰ ਲਓ। ਤਾਂ ਹੰਸ ਰਾਜ ਰਘੁਵੰਸ਼ੀ ਜੀ ਨੇ ਬੜੇ ਸੋਹਣੇ ਮਿਊਜ਼ਿਕ ਨਾਲ ਵਿੱਚ ਸਿੱਧਰ ਦੀ ਆਵਾਜ਼ ਹੁੰਦੀ, ਸਿੱਧਰ ਟੈਨ ਸਿੱਧਰ ਦੀ ਆਵਾਜ਼ ਵਿੱਚ ਪਾਈ ਹੋਈ ਆ। ਤਾਂ ਤੁਸੀਂ ਇਹ ਵੀ ਇੱਕ ਟੱਪਾ ਸੁਣੋ, ਫਿਰ ਦੇਖਦੇ ਕੀ ਕਹਿੰਦੇ ਆ ਜੀ। ਚਲ ਧਿਆਨ ਕੀ ਦੋਨੀ ਸੁਗਾ ਲੇ ਅਤੇ ਸਾਵਣ ਦਾ ਮਹੀਨਾ ਆ, ਇਸ ਕਰਕੇ ਇਹਨਾਂ ਨੇ ਇਹ ਵੀ ਕੱਢਿਆ ਕਿ ਬੰਬ ਬੰਬ ਬੋਲੇ ਤੇਰਾ ਡਮਰੂ ਤਿੰਨੋਂ ਲੋਕ ਮੇਂ, ਠੀਕ ਹੈ ਜੀ। ਤਾਂ ਜੈ ਜੈਕਾਰ ਹਰ ਹਰ ਮਹਾਦੇਵ ਜੀ, ਅਤੇ ਜਾਂਦੇ ਹਾਂ ਚੈਨਲ ਸਬਸਕ੍ਰਾਈਬ ਐਂਡ ਲਾਈਕ ਕਰ ਦਿਓ, ਕਿਉਂਕਿ ਗਾਣਿਆਂ ਦੀ ਰਿਐਕਸ਼ਨ ਦਿੰਦਾ ਉਹਨਾਂ ਰਿਵਿਊ, ਹੁਣ 5-6 ਹੋਰ ਮੈਂ ਵੀਡੀਓ ਪਾਉਣੀ ਆ, ਕਿ 10 ਵੀ ਪਾ ਸਕਦਾ। ਬਟ ਮੈਂ ਕਿਹਾ ਪਹਿਲਾਂ ਮੈਨੂੰ ਜਿਹੜੇ ਨੋਟੀਫਿਕੇਸ਼ਨ ਆਇਆ ਸੀਗਾ ਬਾਬਾ ਮਿਊਜ਼ਿਕ ਤੋਂ ਕਿ ਸਾਰੇ ਗੁਰਮੁਖੀ ਪਾਇਆ ਹੀ ਆ ਭੇਟ, ਅਤੇ ਇਹਦੇ ਬਾਰੇ ਕੁਝ ਦੱਸ ਦਿਓ ਹਿੰਦੂ ਧਰਮ ਵਿੱਚ ਆਪਣੇ ਹਿੰਦੂਆਂ ਨੂੰ ਕਿ ਕੀ ਚੱਕਰ ਹੈ ਕੀ ਨਹੀਂ, ਕਿਆ ਤੋਂ ਕੱਢੀ ਹੈ, ਕੀ ਮਤਲਬ ਹੈਗਾ। ਅਤੇ ਉਹਨਾਂ ਦਾ ਇੱਕੋ ਹੀ ਮਤਲਬ ਆ ਕਿ ਮੇਰੀ ਅਰਜ਼ੀ ਲੱਗੀ ਹੋਈ ਆ ਭੋਲੇ ਸ਼ੰਕਰ ਜੀ ਅੱਗੇ, ਅਤੇ ਤੁਸੀਂ ਚਾਹੁੰਦੇ ਹੋ ਕਿ ਧਰ ਦੇ ਵੀ ਕੱਲ੍ਹ ਨੂੰ ਕੋਈ ਇੱਦਾਂ ਦੀ ਗੱਲਬਾਤ ਨਾ ਹੋਵੇ, ਕਿਉਂਕਿ 4 ਦਿਨ ਦੀ ਜ਼ਿੰਦਗੀ ਆ ਇਹਦੇ ਵਿੱਚ। ਬਸ ਜੇ ਭੋਲੇ ਸ਼ੰਕਰ ਜੀ ਦੀ ਕਿਰਪਾ ਦੇ ਨਾਲ ਰਹਿਣਾ ਤਾਂ ਭੋਲੇ ਸ਼ੰਕਰ ਜੀ ਦਾ ਨਾਮ ਜਪ ਕਰੋ, ਬਸ ਸੱਚੇ ਦਾ ਨਾਮ ਜਪ ਕਰੋ, ਅਤੇ ਮਾਫ਼ੀ ਮੰਗੋ ਕਿ ਕੋਈ ਗਲਤ ਆਚਰਨ ਗਲਤ ਕੰਮ ਨਾ ਕਰੋ, ਅਤੇ ਬੰਬ ਬੰਬ ਬੋਲੇ ਤੇਰਾ ਭਗਤ ਕਵੀ ਨਾ ਡੋਲੇ। ਹਰ ਹਰ ਮਹਾਦੇਵ ਜੀ।